ਹੁਣ ਉਹ ਜਿਹੜੀ ਹੋਲੀ ਹੈ ਉਹਦਾ ਨਕਾਰਾਤਮਕ ਪੱਖ ਇਹ ਹੈ ਕਿ ਉਹ ਸ਼ੁੱਧਰ ਦਾ ਤਿਆਰ ਹੈ ਹੋਲੀ ਇਸਤਰੀ ਰੂਪਕ ਸ਼ਬਦ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਸ ਨੂੰ ਹੱਲੇ ਮੁਹੱਲੇ ਦੇ ਰੂਪ ਚ ਲੈ ਕੇ ਆਉਂਦੇ ਆਪਾਂ ਅੱਜ ਹੋਲਾ ਮੁਹੱਲਾ ਕਹਿ ਦਿੰਦੇ ਆ ਤਾਂ ਉਹਦੇ ਵਿੱਚ ਉਸ ਦਾ ਜਿਹੜਾ ਨਾਂਵਾਚਕ ਪੱਖ ਦਾ ਜਿਹੜਾ ਇਸਤਰੀ ਰੂਪ ਜਿ ਤੁਸੀਂ ਫੀਮੇਲ ਡੋਮੀਨੇਸ਼ਨ ਕਹਿੰਦੇ ਆ ਉਹਨੂੰ ਮੇਲ ਡੋਮੀਨੇਟ ਕਿਵੇਂ ਕਰਦੇ ਨੇ ਉਹ ਕਹਿੰਦੇ ਨੇ ਬਰਛਾ ਕਟਾਰਾ ਦੇਗਾ ਢਾਲਾ ਤੇਗਾ કડਛਾ ਗੋਲਾ ਹੈ ਉੱਪਰ ਮਛਾਰਾ ਦਾੜਾ ਜੈਸੇ ਤੈਸੇ ਬੋਲਾ ਹੋਲਾ ਹੈ ਕਿ ਮੈਂ ਸਾਰੇ ਫੀਮੇਲ ਡੋਮੀਨੈਂਟ ਨੇਮ ਚੇਂਜ ਕਰ ਰਿਹਾ ਤੁਸੀਂ ਕਟਾਰ ਕਹਿੰਦੇ ਸੀ ਮੇਰਾ ਕਟਾਰਾ ਤੁਸੀਂ ਢਾਲ ਕਹਿੰਦੇ ਸੀ ਮੇਰਾ ਢਾਲਾ ਤੁਸੀਂ ਤੇਗ ਕਹਿੰਦੇ ਸੀ ਮੇਰਾ ਤੇਗਾ ਤੁਸੀਂ ਦੇਗ ਕਹਿੰਦੇ ਸੀ ਦੇਗਾ ਤੁਸੀਂ ਗੋਲੀ ਕਹਿੰਦੇ ਸੀ ਗੋਲਾ ਤੁਸੀਂ ਬਰਛੀ ਕਹਿੰਦੇ ਸੀ ਬਰਛਾ ਤੁਸੀਂ ਮੁੱਛਾ ਕਹਿੰਦੇ ਸੀ ਮਸ਼ਾਹਰ ਤੁਸੀਂ ਦਾੜੀ ਕਹਿੰਦੇ ਸੀ ਇਹ ਦਾੜਾ ਤੁਸੀਂ ਹੋਲੀ ਕਹਿੰਦੇ ਸੀ ਹੱਲਾ ਮਹੱਲਾ ਹਰ ਚੀਜ਼ ਵਿੱਚ ਚੇਂਜ ਲੈ ਜਾਂਦੀ। ਹੂੰ ਹੂੰ। ਫਿਰ ਉਹਦੇ ਵਿੱਚ ਜਿਹੜਾ ਅੱਜ ਦਾ ਸਿੱਖ ਜਿਸ ਤਰ੍ਹਾਂ ਹੋਲੀ ਖੇਡਦਾ ਉਹਨੇ ਕਦੀ ਵੀ ਭਾਈ ਨੰਦ ਲਾਲ ਦੀ ਉਸ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਨੰਦ ਲਾਲ ਕਿਸ ਹੱਲੇ ਮੁਹੱਲੇ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਨੇ ਗਲਾਬੋ ਅੰਬਰੋ ਮੁਸਕੋ ਅਬੀਰੇ ਚੁਬਾਰਾ ਬਾਰ ਸੇ ਅਜ ਸੁਬਸੂ ਕਰਦ ਅਜ ਪਿਚਕਾਰੀਏ ਪੁਰ জাফরਾਨੀ ਕੇ ਹਰ ਬੇਰੰਗ ਕੋ ਖੁਸ਼ਰੰਗੋ ਭੂਕਰਦ। ਹੁਣ জাফরਾਨੀ ਕੇਸਰ ਉਹ ਕਹਿੰਦਾ ਕਿ ਗੁਰੂ ਸਾਹਿਬ ਨੇ ਸਿੱਖਾਂ ਤੇ ਕੇਸਰ ਦਾ ਰੰਗ ਛਿੜਕਿਆ। ਰੰਗ ਨਹੀਂ ਸੀ ਛਿੜਕਿਆ ਦਰਸਲ ਜਿਹੜਾ ਕੇਸਰ ਹੈ ਉਹ ਚਾਰ ਚੀਜ਼ਾਂ ਦਾ ਪ੍ਰਤੀਕ ਹੈ ਕੇਸਰ ਦਾ ਸਵਾਦ ਵੀ ਹੈ ਸੁਗੰਧ ਵੀ ਹੈ ਰੰਗ ਵੀ ਹੈ ਤੇ ਤਾਕਤ ਵੀ ਹੈ ਹੂੰ ਉਹਨਾਂ ਨੇ ਕਿਹਾ ਕਿ ਸਿੱਖੀ ਦੇ ਵਿੱਚ ਚਾਰ ਚੀਜ਼ਾਂ ਭਰੀਆਂ ਨੇ ਸਿੱਖ ਰੰਗ ਪਾਉਣ ਲੱਗੇ ਇੱਕ ਦੂਜੇ ਤੇ ਜਿਹੜੀ ਭਾਵਨਾ ਸੀ ਉਹਨੂੰ ਸਮਝਾ ਨਹੀਂ ਕਿ ਅਰਜ਼ਪੁਰ ਜਾਫਰਾਨੀਏ ਸ਼ਬਦ ਕਿਉਂ ਕਿਹਾ ਗਿਆ ਅੱਛਾ ਉਸ ਤੋਂ ਬਾਅਦ ਅੱਜ ਵੀ ਤੁਸੀਂ ਜਦੋਂ ਜਿਸ ਨੂੰ ਕਿਹਾ ਜਾਂਦਾ ਹੈ ਫੀਲਡ ਟ੍ਰੇਨਿੰਗ ਐਕਸਰਸਾਈਜ਼ ਐਫਟੀਐਕਸ ਆਰਮੀ ਦੇ ਵਿੱਚ ਜਾਂ ਜਦੋਂ ਨੇਵੀ ਦੀ ਐਕਸਰਸਾਈਜ਼ ਹੁੰਦੀ ਹੈ ਫਲੀਟ ਐਕਸ ਜਾਂ ਫਿਰ ਜਿਸ ਨੂੰ ਅਸੀਂ ਤੁਸੀਂ ਕਹਿੰਨੇ ਆ ਕਮਾਂਡ ਪੋਸਟ ਐਕਸਰਸਾਈਜ਼ ਜਾਂ ਜਿਸ ਨੂੰ ਬ੍ਰਿਟਿਸ਼ ਵਾਲਿਆਂ ਨੇ ਨਾਮ ਦਿੱਤਾ ਸੀ ਸਕੀਮ ਆਰਮੀ ਸਕੀਮ ਤੇ ਆਈ ਹੈ ਯੂਐਸ ਜਿਹੜੀ ਆ ਉਸ ਨੇ ਉਸ ਨੂੰ ਫੀਲਡ ਇਨ ਐਕਸਰਸਾਈਜ਼ ਕੀਤਾ ਅੱਜ ਜਿਹੜੀਆਂ ਨੇ ਉਹ ਜਾਇੰਟ ਐਕਸਰਸਾਈਜ਼ ਵੀ ਹੁੰਦੀਆਂ ਨੇ ਹਾਂ ਕੰਬੈਟ ਵੀ ਹੁੰਦੀਆਂ ਨੇ ਸੋ ਉਹ ਸਭ ਕੁਝ ਹੁੰਦਾ ਹੈ ਉਹਦੇ ਵਿੱਚ ਅੱਜ ਵੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਦੇ ਚ ਅੱਜ ਵੀ ਆਰਮੀ ਜਦੋਂ ਐਕਸਰਸਾਈਜ਼ ਕਰਦੀ ਹੈ ਤੇ ਉਹ ਚ ਬਲੂ ਦ ਰੈਡ ਪੈਟਰਨ ਬਣਾ ਕੇ ਉੱਚ ਵੀ ਰੰਗਾਂ ਦੀ ਵਰਤੋਂ ਕੀਤੀ ਚਲਦੀ ਆ। ਸੋ ਗੁਰੂ ਸਾਹਿਬ ਨੇ ਵੀ ਜਦੋਂ ਟੋਲੀਆਂ ਬਣਾਈਆਂ ਉਹ ਚ ਡਿਫਾਈਨ ਕਰਨ ਦੇ ਵਾਸਤੇ ਰੰਗਾਂ ਦੀ ਵਰਤੋਂ ਕੀਤੀ ਕਿਉਂਕਿ ਹੱਲਾ ਦਾ ਭਾਵ ਹੈ ਹਮਲਾ ਕਰਨਾ, ਮੁਹੱਲਾ ਦਾ ਭਾਵ ਹੈ ਕਿਸੇ ਜਗ੍ਹਾ ਦੇ ਉੱਪਰ। ਹੂੰ ਹੂੰ। ਸੋ ਜਿਹੜੀ ਅਫੈਂਸ ਦੇ ਡਿਫੈਂਸ ਦੀ ਇਸ ਨਵੀਂ ਰਵਾਇਤ ਨੂੰ ਜਨਮ ਦਿੱਤਾ ਜਦੋਂ ਪੰਜਾਬ ਦੇ ਦਲਤ ਲੋਕ ਇੱਕ ਦੂਜੇ ਦੇ ਉੱਪਰ ਗੋਹਾ, ਮਿੱਟੀ ਤੇ ਗੰਦਗੀ ਸੁੱਟ ਕੇ ਹੋਲੀ ਮਨਾਉਂਦੇ ਸੀ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇੱਕ ਦੂਜੇ ਦੇ ਉੱਪਰ ਹਮਲਾ ਕਰਕੇ ਹੱਲਾ, ਮੁਹੱਲਾ ਸ਼ਬਦ ਉਹਨੂੰ ਸਾਹਮਣੇ ਲੈ ਕੇ ਆਓਗੇ। ਫੋਲੀ ਨੀ ਮਰੋਣੀ ਹਾਂ ਅੱਲਾ ਮਹਲਾ ਆਪਾਂ ਕਿਡਾ ਕਰਾਂਗੇ ਬਿਲਕੁਲ ਹੁਣ ਉਹਨਾਂ ਨੂੰ ਖੇਡਣਾ ਕਹਿੰਦੇ ਨੇ ਖੇਡਣਾ ਜਾਂ ਮਹੱਲਾ ਕੱਢਣਾ ਮਹੱਲਾ ਕੱਢਣਾ ਤੋਂ ਭਾਵ ਸੀ ਹਮਲੇ ਵਾਸਤੇ ਤੁਰਨਾ ਜਗ੍ਹਾ ਦੇ ਵਾਸਤੇ ਇੱਕ ਨਿਸ਼ਚਿਤ ਜਗ੍ਹਾ ਤੇ ਪਰ ਹਮਲਾ ਕਰਨ ਜਾਣਾ ਖੇਡਣਾ ਨਹੀਂ ਸੀ ਮਹੱਲਾ ਖੇਡਣਾ ਨਹੀਂ ਸੀ ਕਦੀ ਮਹੱਲਾ ਕੱਢਣਾ ਸ਼ਬਦ ਵਰਤਿਆ ਜਾਂਦਾ ਸੀ ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਆਤਮਿਕ ਆਨੰਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਜਸਤ ਸਰੀਰਕ ਕਿਰਿਆ ਨਾਲ ਆਓ ਅਸੀਂ ਅੱਗੇ ਤੋਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਆਤਮਕ ਅਤੇ ਸਰੀਰਕ ਬਲ ਦੀਆਂ ਖੇਡਾਂ ਖੇਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ